ਸਦਕਾ ਨੇ ਇਹ ਹੁਣ 30 ਤੱਕ ਨੇ ਇਹ ਰਾਸ਼ਟਰੀ ਲੈਵਲ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਕਾਨੂੰਨ ਦਾ ਰੂਪ ਦਿੱਤਾ ਗਿਆ ਇਹਨਾਂ ਦੇ ਖਿਲਾਫ ਬਹੁਤ ਹੀ ਵੱਡਾ ਸ਼ਾਹ ਮੁਤਸ਼ਾ ਅਬਦਾਲੀ ਮਹਿਮੂਦ ਕਜ਼ਮੀ ਵਰਗੇ ਔਰੰਗਜ਼ੇਬ ਮੀਰ ਮਨੂ ਯਕਰੀਆ ਖਾਨ ਇਹਨਾਂ ਨੇ ਅੱਜ ਤੱਕ ਕਦੀ ਕੋਈ ਤਰਸ ਨਹੀਂ ਕੀਤਾ ਜਦੋਂ ਕੋਈ ਜੰਗ ਦੇ ਮਾਹੌਲ ਬਣਦੇ ਆ ਜਾਂ ਕੋਈ ਜੰਗ ਲੱਗਦੀ ਹੈ ਉਸ ਟਾਈਮ ਤੇ ਪੰਜਾਬ ਦੀਆਂ ਤਾਰੀਫਾਂ ਕੀਤੀ ਸੁਭਾ ਬਣਿਆ ਉਹ ਕਿੰਨੀਆਂ ਸ਼ਹਾਦਤਾਂ ਤੋਂ ਬਾਅਦ ਉਹ ਬਣਿਆ ਅਤੇ ਜਿਹੜਾ ਪੰਜਾਬੀ ਸੂਬਾ ਬਣਿਆ ਉਹ ਵੀ ਲੰਗੜਾ ਬੰਦਰ ਹੀ ਹੈ ਜਿਨ੍ਹਾਂ ਦੇ ਤਾਰੋ ਖਰੇ ਛੱਪੇ ਗਏ ਨੇ ਇਹ ਉਹਨਾਂ ਦੇ ਹੱਥ ਦੀ ਗੱਲ ਹੈ ਇਹ ਰੇਲ ਮਾਰੇ ਦੀ ਕਹਾਵਤ ਨਾ ਰਹੇਗਾ ਫਾਸ ਤੇ ਨਾ ਬਜੇਗੀ ਫਾਸ ਨਹੀਂ ਪਰ ਆ ਜਿਹੜਾ ਤੁਸੀਂ ਸਾਹਮਣੇ ਦੇਖਦੇ ਹੋ ਹਾਂ ਸਰ ਆਪਣਾ ਨਾਮ ਦੱਸ ਕੇ ਪਰਮਜੀਤ ਸਿੰਘ ਮੰਡ ਪ੍ਰਧਾਨ ਸਿੱਖ ਯੂਥ ਆਫ ਪੰਜਾਬ ਅੱਜ ਤੁਹਾਡੇ ਵੱਲੋਂ ਕੀ ਕੀਤਾ ਗਿਆ ਜੀ ਅੱਜ ਇੱਥੇ ਜਿਹੜਾ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਲਿਆਂਦੇ ਆ ਖੇਤੀ ਸੁਧਾਰ ਦੇ ਨਾਮ ਹੇਠ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਆ ਇਹ ਵਿਰੋਧ ਪਿਛਲੇ ਲਗਭਗ 2 ਮਹੀਨਿਆਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਿਹਾ ਪਰ ਮੋਦੀ ਸਰਕਾਰ ਦੇ ਇਸ ਗੱਲ ਨੂੰ ਬਿਲਕੁਲ ਅਣਗੋਲਿਆ ਕੀਤਾ ਹੋਇਆ ਪਿਛਲੇ ਦਿਨੀ ਇਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਦਿੱਲੀ ਸੱਦਿਆ ਔਰ ਉੱਥੇ ਸੱਦ ਕੇ ਅਸੀਂ ਕਹਾਂਗੇ ਕਿ ਜੇ ਸਿੱਧਾ ਨਹੀਂ ਤਾਂ ਅਸਿੱਧੇ ਤਰੀਕੇ ਦੇ ਨਾਲ ਇਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਲੀਲ ਕੀਤਾ ਆ ਕਿਉਂਕਿ ਮੀਟਿੰਗ ਦੇ ਵਿੱਚ ਕੋਈ ਵੀ ਇਹਨਾਂ ਦਾ ਜਵਾਬਦੇਹੀ ਜਿਹੜਾ ਮੰਤਰੀ ਆ ਉਹ ਨਹੀਂ ਪਹੁੰਚਿਆ ਇਹਨਾਂ ਨੇ ਆਪਣਾ ਅੱਗੇ ਨੀਵੇਂ ਪੱਧਰ ਦਾ ਜਿਹੜਾ ਸਕੱਤਰ ਆ ਉਹਨੂੰ ਭੇਜ ਕੇ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਜਿਹੜੀ ਆ ਉਹ ਬੇਇੱਜ਼ਤੀ ਕੀਤੀ ਆ ਜਿਹੜੀ ਕਿ ਨਾ ਬਰਦਾਸ਼ਤ ਯੋਗ ਆ ਔਰ ਹੁਣ ਜਿਹੜੇ ਪਹਿਲਾਂ ਲੋਕ ਸੜਕਾਂ ਦੇ ਉੱਤੇ ਬੈਠੇ ਸੀ ਸ਼ਾਂਤਮਈ ਤਰੀਕਿਆਂ ਦੇ ਨਾਲ ਧਰਨੇ ਲਗਾ ਰਹੇ ਸੀ ਸੜਕਾਂ ਨੂੰ ਰੋਕੇ ਬਿਨਾਂ ਇੱਕ ਸਾਈਡ 'ਤੇ ਬਹਿ ਕੇ ਆਪਣੀਆਂ ਗੱਲਾਂ ਕਹਿ ਰਹੇ ਸੀ ਇਹਨਾਂ ਨੂੰ ਇਹ ਲੱਗਿਆ ਕਿ ਇਹ ਕੋਆਪਰੇਟਿਵ ਘਰਾਣਿਆਂ ਦੇ ਘਰਾਂ ਤੱਕ ਨਹੀਂ ਪਹੁੰਚਣਗੇ ਪਰ ਹੁਣ ਰਿਲਾਇੰਸ ਦੇ ਪੰਪਾਂ ਤੋਂ ਲੈ ਕੇ ਇਹ ਵੱਡੇ ਵੱਡੇ ਮੌਲ ਜਿਹੜੇ ਇੱਥੇ ਸਰਮਾਏਦਾਰੀ ਲੋਕਾਂ ਨੇ ਸਥਾਪਿਤ ਕੀਤੇ ਨੇ ਉਹਨਾਂ ਦੇ ਦਰਵਾਜ਼ੇ